ਅਸੀਂ ਕਹਿੰਦੇ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਬਣਿਆ ਹੋਇਆ ਕਾਫੀ ਜ਼ਿਆਦਾ ਲੋਕਾਂ 'ਚ ਵੀ ਡਰ ਹੈਗਾ, ਇਸ ਮਾਮਲੇ ਨੂੰ ਸਰਨ ਤੁਸੀਂ ਕਿਸ ਤਰ੍ਹਾਂ ਲੈਂਦੇ ਹੈਗੇ? ਪੰਜਾਬ ਪੁਲਿਸ ਨੇ ਕਾਫੀ ਜਿਹੜੇ ਬੱਚੇ ਆ ਖਾਸ ਤੌਰ 'ਤੇ ਉਹ ਘਰਾਂ ਦੇ ਵਿੱਚੋਂ ਅਰੈਸਟ ਕੀਤੇ। ਇਹਦੇ ਨਾਲ ਨਾਲ ਜਿਹੜੇ ਮੀਡੀਆ ਇਕੁਸਟ ਨੇ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਜਿਹੜੀ ਹੈ ਪੰਜਾਬ ਪੁਲਿਸ ਨੇ ਜਿਹੜਾ ਜਾ ਕੇ ਛਾਪੇਮਾਰੀ ਕਹਿ ਲਓ ਜਾਂ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਹੈ। ਮੈਂ ਸਮਝਦਾ ਕਿ ਇਹ ਮੰਦਭਾਗਾ ਵਰਤਾਰਾ ਹੈ ਔਰ ਉਹਨਾਂ ਦੇ ਪੇਜ ਜਿਹੜੇ ਨੇ ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਹੈ, ਜੈਮ ਕਰ ਦਿੱਤੇ ਗਏ ਹੈ। ਇਹ ਵਿਚਾਰਾਂ ਦੇ ਪ੍ਰਗਟਾਵੇ ਦਾ ਜਿਹੜਾ ਅਧਿਕਾਰ ਹੈ ਉਹਦਾ ਇਹ ਹਨਨ ਹੋਇਆ ਅਤੇ ਪੰਜਾਬ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ। ਬੱਚੇ ਸਾਡੇ ਕਿਸੇ ਨੇ ਕੋਈ ਮਾੜਾ ਮੋਟਾ ਫੇਸਬੁੱਕ ਦੇ ਉੱਤੇ ਕੋਈ ਸ਼ੇਅਰ ਕਰ ਲਿਆ ਜਾਂ ਕਿਸੇ ਨੇ ਕੋਈ ਕਮੈਂਟ ਪਾਤਾ ਅਤੇ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਅਤੇ ਉਹਨਾਂ ਦੇ ਕੈਰੀਅਰ ਨੂੰ ਜਿਹੜਾ ਬਰਬਾਦੀ ਵਾਲੇ ਪਾਸੇ ਵੱਲ ਧੱਕਣਾ ਜਿਹੜਾ ਹੈਗਾ, ਮੈਂ ਸਮਝਦਾ ਕਿ ਇਹ ਪੰਜਾਬ ਸਰਕਾਰ ਵੱਲੋਂ ਠੀਕ ਨਹੀਂ ਹੋਇਆ, ਇਹਨੂੰ ਰੋਕਣਾ ਚਾਹੀਦਾ ਜੀ। ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਆ, ਕਈ ਥਾਵਾਂ ਵੀ ਲੋਕੇਸ਼ਨਾਂ ਵੀ ਦੇਖੀਆਂ ਜਾ ਰਹੀਆਂ ਜਾਂ ਦੱਸਿਆ ਜਾ ਰਿਹਾ ਵੀ ਇੱਥੇ ਇੱਥੇ ਗਏ ਆ ਪੁਲਿਸ ਵੱਲੋਂ, ਫੋਟੋਆਂ ਵੀ ਜਾਰੀ ਹੋ ਰਹੀਆਂ, ਵੀਡੀਓ ਵੀ ਲਗਾਤਾਰ ਆ ਰਹੀਆਂ ਹੈਗੀਆਂ, ਸਾਰੇ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੈਗੇ? ਸਭ ਤੋਂ ਵੱਡਾ ਸਵਾਲ ਜਿਹੜਾ ਪੂਰੀ ਦੁਨੀਆ ਭਰ ਦੇ ਸਿੱਖਾਂ ਦੇ ਮਨਾਂ ਦੇ ਵਿੱਚ ਪਾਇਆ ਜਾ ਰਿਹਾ ਕਿ ਇੰਨੀ ਪੁਲਿਸ ਫੋਰਸ ਹੋਣ ਦੇ ਬਾਵਜੂਦ ਜਿਹੜਾ ਹੈਗਾ ਉਹ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਇਹ ਇੱਕ ਵੱਡਾ ਕਾਰਗੁਜ਼ਾਰੀ ਦੇ ਉੱਤੇ ਸਵਾਲ ਹੈ ਅਤੇ ਦੂਸਰਾ ਜਿਹੜਾ ਹੈਗਾ ਜੇ ਸਰਕਾਰ ਨੇ ਗ੍ਰਿਫਤਾਰ ਕੀਤਾ ਤਾਂ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਅਤੇ ਇੱਕ ਮੈਂ ਅੰਮ੍ਰਿਤਪਾਲ ਸਿੰਘ ਨੂੰ ਵੀ ਕਹਾਂਗਾ ਜੇ ਉਹ ਬਾਹਰ ਹੈ ਅਤੇ ਉਹਨੂੰ ਫਿਰ ਖੁਦ ਹੀ ਜਿਹੜਾ ਹੈਗਾ ਆਪਣੇ ਆਪ ਨੂੰ ਪੇਸ਼ ਕਰਨਾ ਚਾਹੀਦਾ ਕਿ ਪੁੱਛੋ ਕੀ ਪੁੱਛਦੇ, ਤੁਸੀਂ ਕੀ ਕਰਨਾ ਚਾਹੁੰਦੇ ਦੱਸੋ, ਅਤੇ ਸਹਿਯੋਗ ਕਰਨਾ ਚਾਹੀਦਾ ਜਾਂਚ ਦੇ ਵਿੱਚ। ਅਤੇ ਪੁਲਿਸ ਨੂੰ ਵੀ ਜਿਹੜਾ ਉਹ ਥੋੜ੍ਹਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਸਾਡੇ ਇਹਨਾਂ ਨੌਜਵਾਨਾਂ ਨੇ ਕੋਈ ਬਹੁਤੇ ਵੱਡੇ ਜ਼ੁਰਮ ਨਹੀਂ ਕੀਤੇ, ਜਿੱਡੇ ਵੱਡੇ ਜ਼ੁਰਮ ਜਿਹੜੇ ਆ ਉਹ ਬਣਾ ਕੇ ਪੇਸ਼ ਕੀਤੇ ਜਾ ਰਹੇ, ਮੈਂ ਇਹੋ ਹੀ ਕਹਿਣਾ ਚਾਹਾਂਗਾ। ਸਿੰਘ ਸਾਹਿਬ, ਇੱਕ 27 ਦੀ ਤੁਸੀਂ ਮੀਟਿੰਗ ਸੱਦੀ ਹੈਗੀ ਹੈ, ਕਿਸ ਤਰ੍ਹਾਂ ਦਾ ਏਜੰਡਾ ਰਹਿਣ ਵਾਲਾ ਹੈਗਾ? ਉਹ 'ਚ ਰਾਜਨੀਤਿਕ ਲੋਕ ਵੀ ਆ ਰਹੇ ਆ, ਕਿੰਨੇ ਕੁ ਲੋਕਾਂ ਨੂੰ ਸੱਦਿਆ ਜਾਂ ਇਕੱਠ ਕਿਹਾ ਜਾ ਸਕਦਾ, ਕਿਸ ਤਰ੍ਹਾਂ ਦਾ ਉਹਦਾ ਰਿਸਪੌਂਸ? ਅਸੀਂ ਬੇਸਿਕਲੀ ਜਿਹੜੇ ਸਿੱਖ ਸੰਪਰਦਾਵਾਂ ਜਥੇਬੰਦੀਆਂ ਦੇ ਜਿਹੜੇ ਕੁਝ ਮੁਖੀ ਸਿਲੈਕਟਰ ਜੇ ਉਹ ਬੁਲਾਏ ਹੈ, ਅਸੀਂ ਉਹਨਾਂ ਤੋਂ ਇਹੋ ਹੀ ਜਿਹੜਾ ਹੈ ਜਾਣਨਾ ਚਾਹੁੰਦੇ ਹਾਂ ਸਾਰਿਆਂ ਤੋਂ ਕਿ ਜਿਹੜਾ ਇਹ ਇੱਕ ਵੱਡੇ ਪੱਧਰ ਦੇ ਉੱਤੇ ਜੋ ਸਿੱਖ ਨੌਜਵਾਨਾਂ ਦੀ ਫੜੋ ਫੜੀ ਹੋਈ ਹੈ ਜਾਂ ਜਿਹੜਾ ਬਿਰਤਾਂਤ ਸਿਰਜਿਆ ਸਿੱਖਾਂ ਦੇ ਖਿਲਾਫ, ਇਹਦਾ ਹੱਲ ਜਿਹੜਾ ਹੈ ਉਹ ਕੀ ਹੋਣਾ ਚਾਹੀਦਾ? ਸੁਝਾਅ ਲਵਾਂਗੇ 27 ਤਰੀਕ ਨੂੰ ਜਿਹੜੇ ਵੀ ਉੱਥੇ ਕੋਈ ਕੁਛ ਵਿਦਵਾਨ ਵੀ ਹੋਣਗੇ, ਕੁਛ ਜਥੇਬੰਦੀਆਂ ਦੇ ਮੁਖੀ ਵੀ ਹੋਣਗੇ ਜਿਹਨਾਂ ਕੋਲ ਜ਼ਿੰਦਗੀ ਦਾ ਲੰਬਾ ਇੱਕ ਐਕਸਪੀਰੀਅੰਸ ਵੀ ਹੈ, ਤਾਂ ਅਸੀਂ ਉਹਨਾਂ ਤੋਂ ਸੁਝਾਅ ਲਵਾਂਗੇ ਉਹਦੇ ਮੁਤਾਬਕ ਹੀ ਫਿਰ ਜੋ ਫੈਸਲਾ ਉਹ ਕਰਨ। ਰਾਜਨੀਤਿਕ ਲੋਕ ਦਾ ਆਮ ਲੋਕ ਵੀ ਉਹਦੇ ਵਿੱਚ ਸ਼ਾਮਿਲ ਹੋ? ਨਹੀਂ ਨਹੀਂ ਨਹੀਂ, ਰਾਜਨੀਤਿਕ ਲੋਕਾਂ ਨੂੰ ਨਹੀਂ ਅਸੀਂ ਸ਼ਾਮਿਲ ਕੀਤਾ ਹੈ, ਕਿਉਂਕਿ ਮਸਲਾ ਦਾ ਰਾਜਸੀਕਰਨ ਹੋ ਜਾਂਦਾ ਹੈ, ਬਦੋਬਦੀ ਹੋ ਜਾਂਦਾ ਹੈ। ਅਸੀਂ ਸਿਰਫ ਧਾਰਮਿਕ ਜਿਹੜੇ ਨੁਮਾਇੰਦੇ ਆ ਜਥੇਬੰਦੀਆਂ ਦੇ ਉਹ ਵੀ ਸਿਲੈਕਟਡ ਉਹ ਹੀ ਬੁਲਾਏ ਹੈ, ਕਿਉਂਕਿ ਵਿਚਾਰ ਚਰਚਾ ਜਿਹੜੀ ਹੁੰਦੀ ਹੈ ਨਾ ਉਹ ਬੁੱਧੀਜੀਵੀਆਂ ਦੇ ਕੁਝ ਕੁ ਲੋਕਾਂ ਦੇ ਇਕੱਠ 'ਚ ਹੀ ਸਹੀ ਢੰਗ ਨਾਲ ਹੁੰਦੀ ਹੈ, ਇਕੱਠਾਂ ਦੇ ਵਿੱਚ ਫੈਸਲੇ ਨਹੀਂ ਹੁੰਦੇ। ਹਾਂ, ਇਕੱਠ ਪ੍ਰਭਾਵੀ ਜ਼ਰੂਰ ਹੁੰਦੇ ਆ, ਲੋੜ ਪਈ ਤਾਂ ਭਵਿੱਖ ਦੇ ਵਿੱਚ ਫਿਰ ਇਕੱਠ ਹੀ ਸੱਦਿਆ ਜਾ ਸਕਦਾ।